ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਹਾਂਜੀ ਦੋਸਤੋ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ A ਦੇ ਪੇਪਰ ਦੇ ਇੰਪੋਰਟੈਂਟ ਕੁਐਸਚਨ ਲੈ ਕੇ ਆ ਚੁੱਕਿਆ ਹਾਂਜੀ ਦੋਸਤੋ ਵੀਡੀਓ ਵਿੱਚ ਦੱਸਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਣਾ ਤੇ ਜੇਕਰ चैनल को सब्सक्राइब नहीं किया तो चैनल को सब्सक्राइब करके नाल दिते बेल ऑल ऑलते प्रेस से जरूर कर लेना तो चलो कर दे वीडियो नो, नो शुरू आठ चार सौ चार सौ चार सौ जी हाँ याद कर लीजिए व्हाट्सअप नंबर क्योंकि अब आप चाहे आपका मैथ का सवाल हो या फिजिक्स केमिस्ट्री बायोलॉजी का आपके हर डाउट हर क्वेश्चन का मिलेगा तुरंत वीडियो सोल्यूशन वो भी सीधा आपके व्हाट्सएप पर बस अपने फ़ोन में डाउट नेट का आठ चार सौ चार सौ चार सौ व्हाट्सएप नंबर सेव कीजिए और चैट ओपन कीजिए फिर जो भी आपका डाउट है उस सवाल की बस आपको फोटो खींचनी है उसे क्रॉप करना है और पाँच सेकंड में आपको उसका वीडियो सोल्यूशन मिल जाएगा छः से बारह आईआईटी नीट सीबीएसई और सभी स्टेट के बच्चों के लिए तो देर किस बात की अभी जाइए और आठ चार सौ चार सौ चार सौ पर अपना सवाल व्हाट्सअप कीजिए और अपने सभी डाउट्स को करिए आउट लिंक डिस्क्रिप्शन में है तो जी दोस्तों इस वीडियो में कुछ लैसनों में एम सी क्यू क्वेश्चन दिखाए जाएंगे जेकर दूजे होर लैसन जो रह गए ਉਨਾਂ ਦੇ MCQ ਚਾਹੀਦੇ ਨੇ ਤਾਂ ਤੁਸੀਂ ਆਪਣੇ Telegram ਚੈਨਲ ਨੂੰ ਜੁਆਇਨ ਕਰ ਲੈਣਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਪਹਿਲਾ ਆਪਣਾ ਕੁਸ਼ਣ ਹੈਗਾ ਦੋ ਪੀਪਲਾਂ ਦੇ ਪੱਤੇ ਕਿਸ ਦਾ ਪ੍ਰਤੀਕ ਹਨ ਇਸ ਦਾ ਆਨਸਰ ਹੈਗਾ Hindu Musliman ਦਾ ਦੂਜਾ ਕੁਸ਼ਣ ਹੈਗਾ ਇਸ ਕਵਿਤਾ ਵਿੱਚ ਕਿਹੜੇ ઋષਿ ਦਾ ਜ਼ਿਕਰ ਹੈ ਹਾਂਜੀ ਦੋਸਤੋ ਇਸ ਦਾ ਹੈਗਾ ઋષਿ ਵਿਆਸ ਦਾ ઋષਿ ਵਿਆਸ ਨੇ ਪੀਪਲ ਦੇ ਕਿੰਨੇ ਪੱਤੇ ਤੋੜੇ ਹਾਂਜੀ ਇਸ ਦਾ ਆਨਸਰ ਹੈਗਾ ਦੋ ਅੱਗੇ ਆਪਣਾ ਕੁਸ਼ਣ ਹੈਗਾ ઋષਿ ਵਿਆਸ ਨੇ ਪੀਪਲ ਤੇ ਪੱਤੇ ਕਿੱਥੇ ਬੰਨੇ ਸਨ ਹਾਂਜੀ ਦੋਸਤੋ ਇਸ ਦਾ ਆਨਸਰ ਹੈਗਾ ਸਿਰ ਉੱਤੇ ਅੱਗੇ ਹੈਗਾ ਇਸ ਕਵਿਤਾ ਵਿੱਚ ਕਵੀ ਕਿਹੜੇ ਦੁੱਖ ਨੂੰ ਬਿਆਨ ਕਰਦਾ ਹੈ Hindu Musalmana ਵਿੱਚ ਖੂਨ ਖਰਾਬੇ ਦੇ ਅੱਗੇ ਹੈਗਾ ਕਵੀ ਅਨੁਸਾਰ ਬੰਦੇ ਦਾ ਸਰੀਰ ਕੀ ਹੈ ਇੱਕ ਮਿੱਟੀ ਦੀ ਮੁਠੀ ਅੱਗੇ ਹੈਗਾ ਕੁਐਸਚਨ ਕਵੀ ਮਿੱਟੀ ਦੀ ਮੁਠੀ ਵਿੱਚ ਨੀਜ਼ ਲਾ ਕੇ ਕੀ ਦਿਖਦਾ ਹੈ ਗਵਾਚੇ ਹੋਏ ਨਕਸ਼ ਅੱਗੇ ਤੀਜਾ ਕੁਐਸਚਨ ਹੈਗਾ ਮਿੱਟੀ ਦੇ ਇੱਕ ਇੱਕ ਕਿਣਕੇ ਵਿੱਚ ਕਿਸ ਤਰ੍ਹਾਂ ਦੇ ਸੁਪਨੇ ਹਨ ਸੈਂਕੜੇ ਬ੍ਰਹਿਮੰਡਾਂ ਦੇ ਹੁਸਨਾ ਦੇ ਅੱਗੇ ਕੁਐਸਚਨ ਹੈ ਆਪਣਾ ਇੱਕ ਮਿੱਟੀ ਦੀ ਮੁੱਠ ਕਵਿਤਾ ਕਿਸ ਕਵੀ ਦੀ ਰਚਨਾ ਹੈ ਇਸ ਦਾ ਅਨਸਰ ਹੈਗਾ ਪ੍ਰੇਤਮ ਸਿੰਘ ਸਫੀਰ ਅਗਲੀ ਕਵਿਤਾ ਦਾ ਆਪਣਾ ਕੁਐਸਚਨ ਹੈਗਾ ਪਹਿਲਾ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਲੇਖ ਦਾ ਲੇਖਕ ਕੌਣ ਹੈ ਇਸ ਦਾ ਅਨਸਰ ਹੈਗਾ ਡਾਕਟਰ ਟੀ ਆਰ ਸ਼ਰਮਾ ਦੂਜਾ ਹੈਗਾ ਆਪਣਾ ਲੇਖਕ ਅਨੁਸਾਰ ਕਿੰਨਾਂ ਨੂੰ ਬੁਲਾਉਣਾ ਪੈਂਦਾ ਹੈ ਇਸ ਦਾ ਅਨਸਰ ਹੈਗਾ ਖੁਸ਼ੀਆਂ ਨੂੰ ਤੀਜਾ ਕੁਐਸਚਨ ਹੈਗਾ ਲੇਖਕ ਅਨੁਸਾਰ ਕਿਸ ਚੀਜ਼ ਦੀ ਆਦਤ ਪਾਉਣੀ ਪੈਂਦੀ ਹੈ ਹੱਸਣ ਅਤੇ ਮੁਸਕਰਾਉਣ ਦੀ ਚੌਥਾ ਹੈਗਾ ਪਤਨੀ ਪਤੀ ਪਤਨੀ ਦੁਆਰਾ ਮਾਹੌਲ ਨੂੰ ਖੁਸ਼ ਗੋਆ ਕਿਵੇਂ ਬਣਾਇਆ ਜਾ ਸਕਦਾ ਹੈ ਸਮੱਸਿਆ ਦਾ ਸ਼ਾਂਤੀ ਨਾਲ ਹੱਲ ਕਰਨ ਨਾਲ ਪੰਜਵਾਂ ਹੈਗਾ ਸਾਡੇ ਤਿਉਹਾਰ ਰਸਮਾਂ ਰੀਤਾਂ ਤਿਹਾਰ ਤੇ ਮੇਲੇ ਸਾਡੇ ਵੱਡਿਆਂ ਵੱਲੋਂ ਕਿਸ ਚੀਜ਼ ਦੇ ਵਸੀਲੇ ਬਣਾਏ ਜਾਂਦੇ ਹਨ ਖੁਸ਼ੀ ਪ੍ਰਾਪਤ ਕਰਨ ਦੇ ਛੇਮਾ ਹੈਗਾ ਵਿਆਹ ਸ਼ਾਦੀ ਦੇ ਮੌਕੇ ਉੱਤੇ ਖੁਸ਼ੀ ਦੇ ਦੋ ਸਾਧਨ ਦੱਸੋ ਨਵੇਂ ਕੱਪੜੇ ਸਵਾਣਾ ਅਤੇ ਮਠਿਆਈਆਂ ਖਾਣੀਆਂ ਸਤਮਾ ਕੁਸ਼ਨ ਹੈਗਾ ਮੈਂ ਜਾਂ ਹੋਮੇਕ ਕਿਸ ਚੀਜ਼ ਵਿੱਚ ਰੁਕਾਵਟ ਹੈ ਖੁਸ਼ੀਆਂ ਪੈਦਾ ਹੋਣ ਵਿੱਚ ਅਠਮਾ ਹੈਗਾ ਦੋਸ਼ੀ ਨੂੰ ਖਿਮਾ ਕਰਨਾ ਕਹੋ ਜਿਆ ਕੰਮ ਸਮਝਿਆ ਜਾਂਦਾ ਹੈ ਇਸ ਦਾ ਆਨਸਰ ਹੈਗਾ ਪੰਨੂ ਦਾ ਨੋਮਾ ਹੈਗਾ ਲੇਖਕ ਅਨੁਸਾਰ ਖੁਸ਼ੀ ਕੀ ਹੈ ਮਨ ਦੀ ਅਵਸਥਾ ਅੱਗੇ ਬੇਬੇ ਜੀ ਲੇਖ ਦੇ ਜਿਹੜੇ ਹੈਗੇ ਨੇ ਆਪਣੇ ਕੁਐਸਚਨ ਐਮਸੀਕਿਊਜ਼ ਪਹਿਲਾ ਕੁਐਸਚਨ ਹੈਗਾ ਬੇਬੇ ਜੀ ਲੇਖ ਦਾ ਲੇਖਕ ਕੌਣ ਹੈ ਜੀ ਦੋਸਤੋ ਇਸ ਦਾ ਆਨਸਰ ਹੈਗਾ ਡਾਕਟਰ ਹਰਪਾਲ ਸਿੰਘ ਪੰਨੂ ਦੂਜਾ ਕੁਐਸਚਨ ਹੈਗਾ ਲੇਖਕ ਕਿਹੜੀ ਯਾਦ ਦੀ ਗੱਲ ਕਰਦਾ ਹੈ ਜਦੋਂ ਉਸ ਦੀ ਉਮਰ ਕਿੰਨੀ ਸੀ ਇਸ ਦਾ ਆਨਸਰ ਹੈਗਾ 4-5 ਸਾਲ ਤੀਜੀ ਗੱਲ ਜੇਕਰ ਆਪਣੀ ਮਾਂ ਦੇ ਨਾਲ ਨਾਲ ਕਿਸ ਤਰ੍ਹਾਂ ਦੁਰਦਾਸੀ ਲੇਖਕ ਆਪਣੀ ਮਾਂ ਦੇ ਨਾਲ ਕਿਸ ਤਰ੍ਹਾਂ ਦੁਰਦਾਸੀ ਇਸ ਦਾ ਅਨਸਰ ਹੈਗਾ ਉਸ ਦੀ ਕਮੀਜ਼ ਦਾ ਪੱਲਾ ਫੜ ਕੇ ਚੌਥਾ ਹੈਗਾ ਜਦੋਂ ਬੇਬੇ ਘਰ ਹੁੰਦੀ ਤਾਂ ਲੇਖਕ ਨੂੰ ਦਿਨ ਰਾਤ ਕਿਸ ਤਰ੍ਹਾਂ ਦੇ ਲੱਗਦੇ ਤਿਉਹਾਰਾਂ ਵਾਂਗ ਪੰਜਵਾਂ ਹੈਗਾ ਲੇਖਕ ਦੀ ਮਾਂ ਨੂੰ ਕਿੱਥੋਂ ਸਹਾਇਤਾ ਮਿਲਦੀ ਸੀ ਇਸ ਦਾ ਅਨਸਰ ਹੈਗਾ ਆਪਣੇ ਭਰਾਵਾਂ ਤੋਂ ਛੇਵਾਂ ਹੈਗਾ ਲੇਖਕ ਦੇ ਮਾਪਿਆਂ ਕੋਲ ਕਿੰਨੀ ਜ਼ਮੀਨ ਸੀ 5 ਏਕੜ ਸਤਵਾਂ ਹੈਗਾ ਦੁਸ਼ਹਿਰੇ ਤੋਂ ਪਹਿਲਾਂ ਘਰ ਵਿੱਚ ਕਿਹੜਾ ਕੰਮ ਸ਼ੁਰੂ ਹੋ ਜਾਂਦਾ ਸੀ ਲਿਪਾ ਪੋਚੀ ਦਾ ਅਠਮਾ ਹੈਗਾ ਲੇਖਕ ਦੀ ਛੋਟੀ ਮਾਮੀ ਦਾ ਕੀ ਨਾਂ ਸੀ ਗੁਰਦੇਵਾਲ ਕੌਰ ਲੇਖਕ ਨੂੰ ਆਪਣੀ ਬੇਬੇ ਕਾਦੀ ਟਕਸਾਲ ਜਾਪਦੀ ਸੀ ਪਾਸ਼ਾ ਦੀ ਦਸਮਾ ਹੈਗਾ ਬੇਬੇ ਤੋਂ ਨਾ ਘਬਰਾਉਣ ਲਈ ਕਿਸ ਉੱਤੇ ਭਰੋਸਾ ਰੱਖਣ ਲਈ ਕਹਿੰਦੀਆਂ ਸੀ ਕਹਿੰਦੀ ਸੀ ਪ੍ਰਮਾਤਮਾ ਉੱਤੇ ਬੇਬੇ ਦੀ ਉਮਰ ਕਿੰਨੀ ਹੋ ਗਈ ਸੀ 19 ਬਰੇ 12ਮਾ ਹੈਗਾ ਬੇਬੇ ਕਿਹੜੇ ਪਿੰਡ ਨੂੰ ਆਪਣਾ ਪਿੰਡ ਸਮਝਦੀ ਸੀ ਪੇਕੇ ਪਿੰਡ ਨੂੰ 13ਮਾ ਹੈਗਾ ਲੇਖਕ ਨੂੰ ਕਿਸ ਦੇ ਸੁਪਨੇ ਆਉਂਦੇ ਰਹਿੰਦੇ ਸਨ ਅੱਗੇ ਬਾਕੀ ਸਭ ਸੁਖਸਾਨ ਲੇਖਕ ਦੇ ਲੇਖ ਦੇ ਆਗਿ ਨੇ ਜਿਹੜੇ ਆਪਣੇ ਕੁਸ਼ਣ ਉਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਪਹਿਲਾ ਕੁਸ਼ਣ ਹੈਗਾ ਬਾਕੀ ਸਭ ਸੁਖਸਾਨ ਹੈ ਕਹਾਣੀ ਦਾ ਲੇਖਕ ਕੌਣ ਹੈ ਇਸ ਆਨਸਰ ਹੈਗਾ ਮੋਹਨ ਭੰਡਾਰੀ ਦੂਜਾ ਹੈਗਾ ਮੋਹਨ ਸਿੰਘ ਦੀ ਗਲੀ ਵਿੱਚ ਕਿੰਨੇ ਕਿੰਨੇ ਘਰ ਸਨ 50 ਲੋਕ ਤੀਜਾ ਹੈਗਾ ਲੋਕ ਮੋਹਨ ਸਿੰਘ ਨੂੰ ਕੀ ਸਮਝਣ ਲੱਗ ਪਏ ਹੰਕਾਰਿਆ ਹੋਇਆ ਚੌਥਾ ਕੁਸ਼ਣ ਹੈਗਾ ਮੋਹਨ ਸਿੰਘ ਕਿੰਨਾ ਪੜਿਆ ਹੋਇਆ ਸੀ ਇਸ ਦਾ ਆਨਸਰ ਹੈਗਾ ਦਸਵੀਂ 5ਵਾਂ ਹੈਗਾ ਮੋਹਨ ਸਿੰਘ ਕਿੰਨੇ ਸਾਲਾਂ ਤੋਂ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ ਇਸ ਦਾ ਆਨਸਰ ਹੈਗਾ 5 ਸਾਲਾਂ ਤੋਂ 6ਵਾਂ ਹੈਗਾ ਮੋਹਨ ਸਿੰਘ ਚਿੱਠੀਆਂ ਵਿੱਚ ਕੀ ਲਿਖ ਲਿਖ ਕੇ ਦੁਖੀ ਹੋ ਜਾਂਦਾ ਸੀ ਲੋਕਾਂ ਦੇ ਦੁੱਖ 14ਵਾਂ 7ਵਾਂ ਕੁਸ਼ਣ ਹੈ ਆਪਣਾ ਮਾਹਰ ਕੋਰ ਦੇ ਪੁੱਤਰ ਦਾ ਕੀ ਨਾਂ ਸੀ ਜਾਗਰ 8ਵਾਂ ਕੁਸ਼ਣ ਹੈ ਜਾਗਰ ਕਿੱਥੇ ਰਹਿੰਦਾ ਸੀ ਇਸ ਦਾ ਆਨਸਰ ਹੈਗਾ ਫੌਜ ਵਿੱਚ 9ਵਾਂ ਕੁਸ਼ਣ ਹੈ ਹਰ ਕੋਰ ਨੇ ਮੋਹਨ ਸਿੰਘ ਨੂੰ ਕੀ ਪੀਣ ਲਈ ਦਿੱਤਾ ਇਸ ਦਾ ਆਨਸਰ ਹੈਗਾ ਦੁੱਧ 10ਵਾਂ ਹੈਗਾ ਹਰਕੋਰ ਦੀ ਨੂੰਹ ਦਾ ਕੀ ਨਾਂ ਸੀ ਕਰਤਾਰੋ 11ਵਾਂ ਹੈਗਾ ਦੀਪੋ ਕੌਣ ਸੀ ਹਰਕੋਰ ਦੀ ਧੀ 12ਵਾਂ ਕੁਸਚਨ ਹੈ ਕਿਸ ਦੇ ਕੱਕੇ ਹੋ ਕੇ ਗੁజర్ ਗਿਆ ਸੀ ਇਸ ਦਾ ਆਨਸਰ ਹੈਗਾ ਕਰਤਾਰੋ ਦੇ 13ਵਾਂ ਕੁਸਚਨ ਹੈ ਮੋਹਨ ਸਿੰਘ ਹਰਕੋਰ ਨੂੰ ਕੀ ਕਹਿ ਕੇ ਬੁਲਾਉਂਦਾ ਸੀ ਚਾਚੀ 14ਵਾਂ ਕੁਸਚਨ ਹੈ ਬਾਕੀ ਸਭ ਸੁਖਸਾੰਦ ਸ਼ਬਦਾਂ ਦਾ ਮੋਹਨ ਸਿੰਘ ਤੇ ਕੀ ਅਸਰ ਪਿਆ ਉਸ ਦੇ ਹੱਥੋਂ ਕਲਮ ਡਿੱਗ ਪਈ ਅੱਗੇ ਆਪਣੇ ਵਸਤੂ ਨਿਸ਼ਟ ਨੇ ਸਿਰਜਣਾ ਇਕਾਂਗੀ ਦੇ ਪਹਿਲਾ ਕੁਸ਼ਣ ਹੈਗਾ ਸਿਰਜਣਾ ਇਕਾਂਗੀ ਦਾ ਲੇਖਕ ਕੌਣ ਹੈ ਇਸ ਦਾ ਆਨਸਰ ਹੈਗਾ ਪਾਲੀ ਭੁਪਿੰਦਰ ਸਿੰਘ ਦੂਜਾ ਹੈਗਾ ਸਿਰਜਣਾ ਇਕਾਂਗੀ ਦੀ ਮੁੱਖ ਪਾਤਰ ਕੌਣ ਹੈ ਇਸ ਦਾ ਆਨਸਰ ਹੈ ਸਿਰਜਣਾ ਤੀਜਾ ਕੁਸ਼ਣ ਹੈ ਸਿਰਜਣਾ ਦੇ ਪਤੀ ਦਾ ਕੀ ਨਾਮ ਹੈ ਕੁਲਦੀਪ ਚੌਥਾ ਹੈਗਾ ਬੀਜੀ ਸਿਰਜਣਾ ਦੀ ਕੀ ਲੱਗਦੀ ਹੈ ਸੱਸ ਪੰਜਵਾਂ ਹੈਗਾ ਹਸਪਤਾਲ ਵਿੱਚ ਸਫਾਈ ਸੇਵਿਕਾ ਕੌਣ ਹੈ ਇਸ ਦਾ ਆਨਸਰ ਹੈ ਮਾਸੀ ਛੇਮਾ ਹੈਗਾ ਬੀਜੀ ਤੇ ਸਰਜਣਾ ਹਸਪਤਾਲ ਵਿੱਚ ਕਿਸ ਕੰਮ ਲਈ ਗਈਆਂ ਸਨ ਇਸ ਦਾ ਆਨਸਰ ਹੈ ਅਲਟਰਾਸਾਉਂਡ ਲਈ ਸਤਮਾ ਹੈਗਾ ਬੀਜੀ ਕਿੰਨੀ ਜ਼ਮੀਨ ਦੀ ਮਾਲਕ ਸੀ 40 ਕਿੱਲੇ ਅਠਮਾ ਹੈਗਾ ਕਾਂਗੀ ਵਿੱਚ ਸਰਜਣਾ ਕਿਸ ਗੱਲ ਦਾ ਵਿਰੋਧ ਕਰਦੀ ਹੈ ਗਰਭਪਾਤ ਦਾ ਨੋਮਾ ਹੈਗਾ ਬੀਜੀ ਸਰਜਣਾ ਦੇ ਗਰਭ ਗਰਭ ਵਿੱਚੋਂ ਮੁੰਡੇ ਦਾ ਜਨਮ ਕਿਉਂ ਚਾਹੁੰਦੀ ਹੈ ਤਾਂ ਜੋ ਉਹ ਜ਼ਮੀਨ ਜਾਇਦਾਦ ਦਾ ਵਾਰਿਸ ਬਣ ਸਕੇ ਦਸਮਾ ਹੈ ਸਰਜਣਾ ਪਰੇਸ਼ਾਨੀ ਵਿੱਚ ਕਿਸ ਨੂੰ ਫੋਨ ਕਰਦੀ ਹੈ ਆਪਣੇ ਪਤੀ ਕੁਲਦੀਪ ਨੂੰ 11ਵਾਂ ਹੈ ਕੁਲਦੀਪ ਕਿਸ ਕਲਚਰ ਅਦੀਨ ਕੁੜੀ ਨੂੰ ਜੰਮਣ ਤੋਂ ਪਹਿਲਾਂ ਮਾਰਨਾ ਠੀਕ ਸਮਝਦਾ ਹੈ ਪ੍ਰਾਪਰਟੀ ਕਲਚਰ ਅਦੀਨ 12ਵਾਂ ਹੈ ਕੁਲਦੀਪ ਨੂੰ ਆਪਣੀ ਪਤਨੀ ਸਵੰਦੀ ਕਿਸ ਗੱਲ ਦੀ ਖੁਸ਼ੀ ਹੋਈ ਕਿ ਉਹ ਇੱਕ ਆਮ ਔਰਤ ਨਹੀਂ ਸੀ ਅੱਗੇ ਆ ਜਾਂਦਾ ਆਪਣਾ ਬੰਤੇ ਦੇ ਕੁਸ਼ਚਨ ਪਹਿਲਾ ਹੈਗਾ ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸੀ ਬੰਤੇ ਦੇ ਵਾਲ ਉਹ ਤੇ ਵੱਡੇ ਮਾਮੇ ਨੇ ਕਟਵਾ ਦਿੱਤੇ ਸਨ ਦੂਜਾ ਹੈਗਾ ਬੰਤੇ ਅਨੁਸਾਰ ਗ੍ਰੀਨ ਐਵਨਿਊ ਜਾਣ ਵਾਲੀਆਂ ਸਵਾਰੀਆਂ ਦੇ ਬੈਗ ਵਿੱਚ ਕੀ ਸੀ ਉਨਾਂ ਸਵਾਰੀਆਂ ਦੇ ਬੈਗ ਵਿੱਚ ਨੋਟ ਸਨ ਤੀਜਾ ਹੈਗਾ ਰਣਜੀਤ ਸਿੰਘ ਹਾਲ ਜਾਣ ਵਾਲੇ ਕਵੀਆਂ ਨੂੰ ਮੁਸ਼ਾਇਰੇ ਉੱਤੇ ਕਿਸ ਨੇ ਬੁਲਾਇਆ ਸੀ ਇਸ ਦਾ ਅਨਸਰ ਹੈ ਕਵਰ ਸਾਹਿਬ ਨੇ ਚੌਥਾ ਹੈਗਾ ਬਚਪਨ ਵਿੱਚ ਬੰਦਾ ਕਿਸ ਕੋਲੋਂ ਬਾਤਾਂ ਸੁਣਨ ਦਾ ਆਨੰਦ ਲੈਂਦਾ ਸੀ ਇਸ ਦਾ ਹੈਗਾ ਆਪਣੀ ਬੇਬੇ ਕੋਲ ਪੰਜਵਾਂ ਹੈਗਾ ਰਿਕਸ਼ੇ ਵਾਲੇ ਉੱਤੇ ਕਹਾਣੀ ਲਿਖਣ ਵਾਲੇ ਬੰਦੇ ਨੂੰ ਰਸਾਲੇ ਵਾਲਿਆਂ ਤੋਂ ਕਿੰਨੇ ਪੈਸੇ ਮਿਲੇ ਇਸ ਦਾ ਅਨਸਰ ਹੈਗਾ 3 ਰੁਪਏ ਅੱਠਮਾ ਹੈਗਾ ਪੌਣੀ ਜਾਣ ਵਾਲੇ ਪਤੀ ਪਤਨੀ ਨੇ ਆਪਣਾ ਖਰਾਬ ਸਕੂਟਰ ਕਿੱਥੇ ਖੜਾ ਕਰ ਦਿੱਤਾ ਸਾਹਮਣੇ ਕੋਠੀ ਦੇ ਅੰਦਰ ਸਤ ਮੇਗਾ ਸੁਸ਼ਮਾ ਦਾ ਪਤੀ ਉਸ ਨੂੰ ਆਪਣੇ ਅਫਸਰ ਨੂੰ ਨਾਚਣਾ ਦੇਖ ਕੇ ਹੱਸਣ ਕਿਉਂ ਰੁਕਦਾ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਉਸ ਦਾ ਬਾਸ ਬੁਰਾ ਨਾ ਹੋ ਜਾਵੇ ਮਨਾ ਲਵੇ ਅਠਮਾ ਹੈਗਾ 9 ਸਾਲ ਦੇ ਦਿਨ ਦੀ ਕਮਾਈ ਵਿੱਚੋਂ ਤਾਰੋ ਬੰਤੇ ਨੂੰ ਕੀ ਲਿਆਉਣ ਲਈ ਕਹਿੰਦੀ ਹੈ ਨਮਾ ਛੱਗਾ ਨੋਮਾ ਹੈਗਾ ਬੰਤਾ ਆਪਣੇ ਲਈ ਕਿਉਂ ਲਿਆਉਣ ਦੀ ਥਾਂ ਤਾਰੋ ਲਈ ਕੀ ਲਿਆਉਂਦਾ ਹੈ ਬੰਤਾ ਤਾਰੋ ਲਈ ਦਵਾਈ ਲਿਆਉਂਦਾ ਹੈ ਕਵੀ ਅਨੁਸਾਰ ਪੱਛਮੀ ਸਭਿਅਤਾ ਦਾ ਕਾਰਨ ਕਿੰਨਾ ਦੇ ਮੈਦੇ ਕਮਜ਼ੋਰ ਹੋ ਗਏ ਹਨ ਇਸ ਦਾ ਅਨਸਰ ਹੈ ਗੱਬਰੂਆਂ ਦੇ ਦੂਜਾ ਕੁਸ਼ਨ ਹੈ ਨਵੀਂ ਪ੍ਰਾਣੀ ਤਹਿਜ਼ੀਬ ਕਿਸ ਕਵੀ ਦੀ ਰਚਨਾ ਹੈ ਬਧਾਤਾ ਸਿੰਘ ਦੀ ਕਵੀ ਅਨੁਸਾਰ ਪ੍ਰਾਣੀ ਤਹਿਜ਼ੀਬ ਤਹਿਜ਼ੀਬ ਕਿਸ ਦੇ ਬਰਾਬਰ ਸੀ ਕਪਲਾਗਾਉਂ ਦੇ ਕਵੀ ਨਵੀਂ ਤਹਿਜ਼ੀਬ ਨੂੰ ਕੀ ਕਰਾਰ ਦਿੰਦਾ ਹੈ ਝੂਠ ਕਵੀ ਨੂੰ ਅੱਜ ਕੱਲ ਦੇ ਗੱਬਰੂ ਕੀ ਜਾਪਦੇ ਹਨ ਪਰਸ਼ਾਵੇਂ ਕਵੀ ਕਿਸ ਨੂੰ ਗੁਲਾਮੀ ਦਾ ਤੋਕ ਕਰਾਰ ਦਿੰਦਾ ਹੈ ਪੱਛਮੀ ਤਹਿਜ਼ੀਬ ਨੂੰ ਕਵੀ ਅਨੁਸਾਰ ਨौजवान ਕਿਸ ਦਾ ਰਖਵਾਲਾ ਹੈ ਦੇਸ਼ ਅਤੇ ਕੌਮੀ ਨਿਸ਼ਾਨ ਦਾ ਕਵੀ ਨौजवान ਹਿੰਦੂ ਨੂੰ ਕਿਸ ਚੀਜ਼ ਦੀ ਹੱਲਾਸ਼ੇਰੀ ਦਿੰਦਾ ਹੈ ਦੇਸ਼ ਲਈ ਮਰ ਮਟਣ ਦੀ ਸ਼ਹੀਦ ਹੋ ਕੇ ਨौजवान ਕਿਸ ਤਰ੍ਹਾਂ ਚਮਕਣਗੇ ਅਸਮਾਨ ਦੇ ਤਾਰੇ ਵਾਂਗ ਕੌਣ ਦੇਸ਼ ਅਤੇ ਕੌਮੀ ਨਿਸ਼ਾਨ ਦਾ ਰਾਖਾ ਹੈ ਨौजवान ਕਵੀ ਅਨੁਸਾਰ ਦੁਨੀਆ ਕਿਸ ਦਾ ਲੋ ਮੰਨਦੀ ਹੈ ਨौजवान ਹਿੰਦੀ ਦਾ ਪ੍ਰਸ਼ਨ ਅਗਲਾ ਹੈਗਾ ਆਪਣਾ ਨौजवान ਹਿੰਦੀ ਨੂੰ ਕਵਿਤਾ ਵਿੱਚ ਕਵੀ ਨौजਵਾਨ ਨੂੰ ਆਪਣੇ ਦੇਸ਼ ਨੂੰ ਕਿਹੋ ਜਿਹਾ ਬਣਾਉਣ ਲਈ ਕਹਿੰਦਾ ਹੈ ਸੁਰਗਪੁਰੀ ਜ ਬੈਮੀ ਤਾਇਆ ਲੇਖ ਦਾ ਲੇਖਕ ਕੌਣ ਹੈ? ਇਸ ਦਾ ਅਨਸਰ ਹੈਗਾ ਸੁਭਾ ਸਿੰਘ। ਤੀਜਾ ਕੁਸ਼ਨ ਹੈਗਾ ਦੁਨੀਆ ਵਿੱਚ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਕਿਹੜੀ ਦਾ ਨਹੀਂ ਹੈ? ਇਸ ਦਾ ਅਨਸਰ ਹੈਗਾ ਬੈਮ ਦਾ। ਚੌਥਾ ਤਾਇਆ ਮਨਸਾ ਰਾਮ ਨੂੰ ਮਹੱਲੇ ਵਾਲੇ ਕੀ ਕਹਿੰਦੇ ਸਨ? ਬੈਮੀ। ਪੰਜਵਾਂ ਹੈਗਾ ਤਾਇਆ ਨੂੰ ਪਹਿਲੀ ਵਾਰ ਮਿਲਣ ਸਮੇਂ ਲੇਖਕ ਨੇ ਕਿਹੜੀ ਕਿਹੜਾ ਬੈਮ ਚਿੰਬੜਿਆ ਦੇਖਿਆ? ਮਾੜੀ-ਮਾੜੀ ਭਖ ਰਹਿਣ ਦਾ। ਛੇਵਾਂ ਹੱਟੀ ਵਿੱਚ ਬੈਠੇ ਤਾਇਆ ਮਨਸਾ ਰਾਮ ਦੇ ਮੂੰਹ ਵਿੱਚ ਕੀ ਪਾਇਆ ਹੋਇਆ ਸੀ? ਥਰਮਾਮੀਟਰ। ਸੱਤਵਾਂ ਤਾਇਆ ਮਨਸਾ ਰਾਮ ਕਿਹੜੇ ਹਕੀਮ ਦਾ ਨਾਮ ਲੈਂਦਾ ਹੈ? ਕਰਤਾਰ ਚੰਦ ਦਾ 8ਵਾਂ ਅੰਤ ਵਿੱਚ ਤਾਇਏ ਨੇ ਕੁੱਤੇ ਦੇ ਦੰਦ ਮਾਰਨ ਦੇ ਵੈਮ ਵਿੱਚ ਕੀ ਕੀਤਾ 14 ਟੀਕੇ ਲਗਵਾਏ 9ਵਾਂ ਤਾਇਏ ਮਨਸਾ ਰਾਮ ਦੇ ਰਾਤ ਨੂੰ ਟੀਕੇ ਲਾਉਣ ਵਾਲੇ ਡਾਕਟਰ ਨੇ ਕਿੰਨੇ ਪੈਸੇ ਲਏ 60 ਰੁਪਏ 10ਵਾਂ ਦਿਲ ਦੇ ਰੋਗ ਦੇ ਵੈਮੀ ਹੋਏ ਤਾਇਏ ਨੇ ਕਿਹੜੀ ਬੱਕਰੀ ਦਾ ਤੇ ਹੱਥ ਰੱਖਿਆ ਹੋਇਆ ਸੀ ਸੱਜੀ 11ਵਾਂ ਹੈਗਾ ਤਾਇਆ ਮਨਸਾ ਰਾਮ ਦਾ ਨੂੰ ਅੰਤ ਵਿੱਚ ਕਿਹੜਾ ਵੈਮ ਲੱਗਿਆ ਬੱਕਰੀ ਦੁਆਰਾ ਮਾਰੇ ਜਾਣ ਦਾ ਤਾਂ ਜੀ ਦੋਸਤੋ ਇਹ ਸੀ 9ਵੇਂ ਜਮਾਤ ਦੇ ਵਿਦਿਆਰਥੀਆਂ ਲਈ ਇੰਪੋਰਟੈਂਟ ਟੈਪਸੀ ਕੋਟੇ ਜਿਹੜੇ ਲੈਸਨਾਂ ਦੇ MCQ ਰਹਿ ਗਏ ਉਹ ਆਪਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਵਾਂਗੇ ਇਸ ਲਈ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਤਾਂ ਅੱਜ ਦੀ ਵੀਡੀਓ ਚੰਨੈ ਹੀ ਮਿਲਦਾ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ